मैं बहुता बुद्धिमान नहीं है मैं कई बार ना इस तरह होता है जो गल्ला पता करते होंगे ना जो स्टेज के फर्ज तुरंत बोलते हैं जो बाद में चले जाएगा तो दूजिया दिन गल् सुनिया हो फिर आखिर यार तेरू तो आह गल करनी चाहती थी तो क्यों नहीं चेती आई जो ये गल कर रहे सन तो मैं भी गल चेते आ रही थी कि वरियाम सिंह तू कह रहे ये सारे कह रहे असं बड़े आशावादी तो मैं अपनी गल इस तरीके प्रोजेक्ट कर दिया सारी भी मैनू तो कहते इसका कुछ नहीं चल रहा शायद मैं इन्हें सारे तो वह आशावादी होव मैं गल करता मैं कह तो मेरी मुराद है मैं इस उस खाके नूं तुहाडे सामने खिंचिया सी जदों तुहाडी सियासत तुहाडा धर्म तुहाडा लेखक तुहाडा सारा ही कुछ जिहड़ा कि नहीं उहदे तुहाडियां मंडी कीमतां जिहड़ियां ने उह उहदे जकड़ जंजाल विच तुहाडे सिलेबस पाठक्रम जो कुछ तुहानूं पढ़ाया जांदा तुहाडी हिस्टरी जो कुछ बगा दित्ती गई है जो कुछ तुहाडे कोलों लगा दित्ता गया है मैं तो एक हवाला दे के गल अगे बोलता अपनी जिहड़ा इहने सवाल कीता उहदे बारे भी गल करदा 2013 ਦੇ ਵਿੱਚ ਗਦਰ ਸ਼ਤਾਬਦੀ ਮਨਾਈ ਗਈ ਮੈਂ ਗਦਰ ਜਿਹੜੀ ਸਾਡੀ ਯਾਦਗਾਰ ਕਮੇਟੀ ਹੋਦਾ ਟਰਸਟੀਆਂ ਮੈਂ ਕਿਹਾ ਯਾਰ ਸਾਡੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਸਾਡੇ ਇਤਿਹਾਸ ਦਾ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਜਾ ਕੇ ਤਾਂ ਉਹਨਾਂ ਨੂੰ ਕੋਈ ਦੱਸਣਾ ਚਾਹੀਦਾ ਆ ਵੀ ਗਦਰ ਪਾਰਟੀ ਹੈ ਕੀ ਸੀ ਉਹ ਕਹਿੰਦੇ ਜਿਹੜਾ ਬੋਲੇ ਉਹ ਕੁੰਡਾ ਖੋਲੇ ਮੇਰੀ ਡਿਊਟੀ ਲਾ ਕੇ ਮੈਨੂੰ ਕਿਹਾ ਜਾ ਕਾਲਜਾਂ 'ਚ ਮੈਂ ਗਿਆ ਜੀ ਪਹਿਲੇ ਕਾਲਜ ਦਾ ਬਿਊਰਾ ਤੁਹਾਨੂੰ ਮੈਂ ਦੇਣ ਲੱਗਾ 500 ਵਿਦਿਆਰਥੀ ਅੱਗੇ ਬੈਠਾ ਸੀ ਮੈਂ ਉਹਨਾਂ ਨੂੰ ਕਿਹਾ ਆਪ ਉਤਰੋ ਮੈਂ ਤੁਹਾਨੂੰ ਨਾ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਨਿੱਕੇ ਨਿੱਕੇ ਸਵਾਲ ਪੁੱਛਣੇ ਨੇ ਜਿਹਨੂੰ ਜਵਾਬ ਹਾਂ ਕਰਨਾ ਹੋਵੇ ਉਹ ਹੱਥ ਖੜਾ ਕਰ ਦੇਵੇ ਜਿਹਨੂੰ ਨਹੀਂ ਆਉਂਦਾ ਹੱਥ ਖੜਾ ਨਾ ਕਰੇ ਜਿਹਨੇ ਹੱਥ ਖੜਾ ਕੀਤਾ ਉਹ ਡਰੇ ਨਾ ਕਿ ਮੈਂ ਸਵਾਲ ਦੀ ਵਜ਼ਾਹਤ ਪੁੱਛ ਲੂੰਗਾ ਸਿਰਫ ਹੱਥ ਖੜੇ ਦੇਖਣੇ ਤੇ ਹੱਥ ਥੱਲੇ ਦੇਖਣੇ ਮੈਂ ਕਿਹਾ ਤੁਸੀਂ 500 ਬੱਚਾ ਬੈਠੇ ਹਾਲ ਵਿੱਚ ਆਹ ਜਿਹੜੀ ਵੱਡੀ ਸਾਰੀ ਫਲੈਕਸ ਲੱਗੀ ਆ ਕੰਧ ਦੇ ਉੱਤੇ ਜਿਹਤੇ ਲਿਖਿਆ ਗਦਰ ਸ਼ਤਾਬਦੀ ਸਮਾਰੋਹ ਅੱਜ ਤੋਂ ਪਹਿਲਾਂ ਇਸ ਪਾਰਟੀ ਦਾ ਕਦੀ ਕਿਸੇ ਨੇ ਨਾਂ ਸੁਣਿਆ 500 ਵਿਦਿਆਰਥੀਆਂ ਵਿੱਚੋਂ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ ਮੈਂ ਕਿਹਾ ਦੂਜਾ ਸਵਾਲ ਕਰਨ ਦਾ ਫਾਇਦਾ ਹੀ ਕੋਈ ਨਹੀਂਗਾ ਪਰ ਫਿਰ ਵੀ ਕਿਉਂਕਿ ਗਦਰ ਪਾਰਟੀ ਦਾ ਪ੍ਰਧਾਨ ਤੁਹਾਡੇ ਖਡੂਰ ਸਾਹਿਬ ਕਾਲਜ ਦੀ ਗੱਲ ਕਰਦਾ ਮੈਂ ਤੁਹਾਡੇ ਮਾਝੇ ਦਾ ਸੀਗਾ ਬਾਬਾ ਸੋਹਣ ਸਿੰਘ ਭਗਨਾ ਨਾਂ ਸੁਣਿਆ ਕਿਸੇ ਦੇ ਹੱਥ ਖੜਾ ਮੈਂ ਕਿਹਾ ਲਾਲਾ ਹਰਦਿਆਲ ਜਨਰਲ ਸਕੱਤਰ ਸੀ ਕਿਸੇ ਦੇ ਸੁਣਿਆ ਨਾ ਕਿਸੇ ਦੇ ਹੱਥ ਖੜਾ ਨਹੀਂ ਸੀ ਕੀਤਾ ਮੈਂ ਕਿਹਾ ਕਰਤਾਰ ਸਿੰਘ ਸਰਾਭੇ ਦਾ ਨਾਂ 15-20 ਜਣੇ ਨੇ ਸੁਣਿਆ ਹੱਥ ਖੜਾ ਕੀਤਾ ਉਹਨਾਂ ਨੇ ਕਿਉਂਕਿ ਭਗਤ ਸਿੰਘ ਦਾ ਜ਼ਿਆਦਾ ਜ਼ਿਕਰ ਸਕਾਰ ਹੈ ਤੇ ਭਗਤ ਸਿੰਘ ਉਹਦੀ ਫੋਟੋ ਰੱਖਦਾ ਸੀ ਸ਼ਾਇਦ ਉਹਨਾਂ ਨੇ ਜਾ ਕੇ ਕਦੀ ਕੋਈ ਫਿਲਮ ਬਣੀ ਹੋਈ ਇਹ ਗੱਲ ਮੈਂ ਤੁਹਾਨੂੰ ਦੱਸੀ ਆ ਇਹ ਹੈ ਸਾਡੀ ਸਥਿਤੀ ਮੈਂ ਕੀਤਾ ਸਵਾ ਕੀਤਾ ਬੋਲਣ ਤੋਂ ਬਾਅਦ ਜਦੋਂ ਪ੍ਰਿੰਸੀਪਲ ਦੇ ਦਫ਼ਤਰ 'ਚ ਗਿਆ 2 ਐਮਕਾਮ ਦੇ ਵਿਦਿਆਰਥੀ ਅੰਦਰ ਆਏ ਤੇ ਆ ਕੇ ਮੈਨੂੰ ਕਹਿੰਦੇ ਸਰ ਅਸੀਂ ਕਿਸੇ ਪਾਰਟੀ ਬਾਰੇ ਕੁਛ ਨਹੀਂ ਜਾਣਦੇ ਅਸੀਂ ਇਸ ਪਾਰਟੀ ਬਾਰੇ ਅੱਜ ਤੱਕ ਕੱਖ ਨਹੀਂ ਸੀ ਸੁਣਿਆ ਪਰ ਤੁਹਾਡੇ ਸੁਣਨ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਜੇ ਇਹ ਪਾਰਟੀ ਜਾਂ ਇਹੋ ਜਿਹੀ ਪਾਰਟੀ ਕੋਈ ਹੁਣ ਵੀ ਕਾਰਜਸ਼ੀਲ ਹੈਗੀ ਤੇ ਅਸੀਂ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਅਗਲੇ ਸਾਲ ਮੈਨੂੰ ਉਸੇ ਕਾਲਜ ਨੇ ਕਿਹਾ ਤੂੰ ਪਿਛਲੇ ਵਾਰ ਗਦਰ ਪਾਰਟੀ ਬਾਰੇ ਬੋਲ ਗਿਆ ਤੂੰ ਐਮਏ ਦੇ ਸਿਲੇਬਸ 'ਚ ਲੱਗਾ ਐਤਕੀ ਕਹਾਣੀਆਂ ਬਾਰੇ ਗੱਲ ਕਰ ਮੈਂ ਕਹਾਣੀਆਂ ਬਾਰੇ ਗੱਲ ਕਰ ਰਿਹਾ ਸੀ ਇੱਕ ਮੁੰਡੇ ਨੇ ਗਦਰ ਪਾਰਟੀ ਬਾਰੇ ਬਹੁਤ ਬੁਨਿਆਦੀ ਕਿਸਮ ਦਾ ਸਵਾਲ ਕਰ ਦਿੱਤਾ ਮੈਂ ਹੱਸ ਪਿਆ ਮੈਂ ਕਿਹਾ ਉਹ ਤੁਹਾਡੇ ਕਾਲਜ ਦੇ ਵਿੱਚ ਤੇ ਕਿਸੇ ਨੂੰ ਗਦਰ ਪਾਰਟੀ ਦਾ ਨਾਂ ਹੀ ਨਹੀਂ ਸੀ ਆਉਂਦਾ ਤੂੰ ਐਡਾ ਬੁਨਿਆਦੀ ਮਹੱਤਵ ਦਾ ਸਵਾਲ ਕਿਉਂ ਕਰ ਰਿਹਾ ਉਹ ਕਹਿੰਦਾ ਸਰ ਜਿਹੜੇ 2 ਮੁੰਡੇ ਤੁਹਾਨੂੰ ਦਫ਼ਤਰ 'ਚ ਆ ਕੇ ਮਿਲੇ ਸੀ ਪਿਛਲੇ ਸਾਲ ਮੈਂ ਉਹਨਾਂ ਦੋਵਾਂ ਵਿੱਚੋਂ ਇੱਕ ਤੇ ਮੈਂ ਉਸ ਗੱਲ ਤੋਂ ਮੈਂ ਦੁਸ਼ਯੰਤ ਦਾ ਸ਼ੇਰ ਕਹਿੰਦਾ ਹੁੰਦਾ ਕਿ ਨਾ ਉਹ ਜਰਜਰ ਹੀ ਸਹੀ ਲਹਿਰ ਉਸੇ ਟਕਰਾਤੀ ਤੋਂ ਹੈ ਇੱਕ ਚਿੰਗਾਰੀ ਢੂੰਡ ਕਰ ਲਾਓ ਕਹੀਂ ਸੇ ਦੋਸਤੋ ਇਸ ਦੀਏ ਮੇ ਤੇਲ ਸੇ ਭੀਗੀ ਹੋਈ ਬਾਤੀ ਤੋਂ ਹੈ ਉਹ ਯਾਰੋ ਸਾਡੇ ਕੋਲ ਨੌਜਵਾਨਾਂ ਨੂੰ ਕਹਿੰਦਾ ਦੋਸ਼ ਦਿੰਦੇ ਅਸੀਂ ਅਸੀਂ ਉਹਨਾਂ ਦੇ ਤੇਲ ਦੇ ਨਾਲ ਭਿੱਜੀਆਂ ਹੋਈਆਂ ਬੱਤੀਆਂ ਨੂੰ ਚਿੰਗਾਰੀ ਨਹੀਂ ਦਿਖਾ ਸਕੇ ਇਹ ਸਾਡੇ ਰਾਜਨੀਤੀ ਵਾਹਨਾਂ ਦਾ ਕਸੂਰ ਹੈ ਇਹ ਸਾਡੇ ਧਾਰਮਿਕ ਆਗੂਆਂ ਦਾ ਕਸੂਰ ਹੈ ਇਹ ਸਾਡੇ ਸੱਭਿਆਚਾਰਕ ਕਾਮਿਆਂ ਦਾ ਵੀ ਕਸੂਰ ਹੈ ਇਹ ਵਰਿਆਮ ਸਿੰਘ ਸੰਧੂ ਦਾ ਆਪਣਾ ਕਸੂਰ ਵੀ ਰਹੀ ਗੱਲ ਕਿਰਦਾਰ ਦੀ ਮੈਂ ਕਿਹਾ ਸੀ ਬੜਾ ਔਖਾ ਸਵਾਲ ਹੈ ਸਵਾਲ ਇਸ ਕਰਕੇ ਔਖਾ ਹੈ
ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦਾ ਹਾਂ ਕਿਸੇ ਰੂਬਰੂ ਵਿੱਚ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਮੈਂ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਹ ਕਹਿੰਦਾ ਕਿ ਪੁੱਤਰ ਜਦੋਂ ਅਸੀਂ ਲੇਖਕਾਂ ਨੂੰ ਪੜ੍ਹਦੇ ਸੀ ਨਾ ਤਾਂ ਸਾਡੇ ਮਨ ਵਿੱਚ ਹੁੰਦਾ ਸੀ ਕਿ ਸਾਡੇ ਲੇਖਕ ਜਿਹੜੇ ਨੇ ਇਹ ਬੜੇ ਉੱਚੇ ਬੜੇ ਸੁੱਚੇ ਬਹੁਤ ਹੀ ਸਾਫ ਸਫਾਫ ਪ੍ਰੇਮ ਹੁੰਦਾ ਸੀ ਉਹਨਾਂ ਦਾ ਨਾਨਕ ਸਿੰਘ ਐਸ ਕਰਦਾਰ ਦੇ ਮਾਲਕ ਹੋਣਗੇ ਸੋਹਣ ਸਿੰਘ ਸੀਤਲ ਐਸ ਕਰਦਾਰ ਦੇ ਮਾਲਕ ਹੋਣਗੇ ਗੁਰਬਖਸ਼ ਸਿੰਘ ਐਸ ਕਰਦਾਰ ਦੇ ਸਾਨੂੰ ਉਸ ਮਾਨ ਤੇ ਬੈਠੇ ਲੱਗਦੇ ਸਨ ਪਰ ਮੈਂ ਕਿਹਾ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਪਿਛਲੇ 50 ਸਾਲਾਂ ਤੋਂ ਵਿਚਰ ਰਿਹਾ ਆਪਣੇ ਦੋਸਤਾਂ ਦੇ ਵਿੱਚ ਤੇ ਸੱਚ ਜਾਣਿਓ ਤੁਸੀਂ ਮੈਨੂੰ ਬਿਲਕੁਲ ਉਸ ਤਰ੍ਹਾਂ ਉੱਚਾ ਸੁੱਚਾ ਨਹੀਂ ਜੇ ਸਮਝਣਾ ਜਿਸ ਤਰ੍ਹਾਂ ਦਾ ਅਸੀਂ ਲੇਖਕਾਂ ਨੂੰ ਸਮਝਦੇ ਹੁੰਦੇ ਸੀ ਮੈਂ ਇਹ ਗੱਲ ਚੰਗੀ ਨਹੀਂ ਹੈਗੀ ਮੈਂ ਬੜੀ ਥਾਵਾਂ ਤੇ ਕਹੀ ਤੁਹਾਡੇ ਸਾਹਮਣੇ ਵੀ ਇਹ ਗੱਲ ਕਹਿੰਦਾ ਮੈਨੂੰ ਇਹ ਗੱਲ ਕਹਿੰਦਾ ਸ਼ਰਮ ਹੋ ਰਹੀ ਆ ਅਫਸੋਸ ਹੋ ਰਿਹਾ ਮੈਂ ਇਹ ਕਹਿੰਦਾ ਹੁੰਦਾ ਕਿ ਪੁੱਤਰੋ ਮੈਂ ਤੇ ਆਪਣੇ ਤਜਰਬੇ ਚੋਂ ਵੇਖਿਆ ਜੇ ਕਿ ਜਿਹੜੇ ਲੇਖਕ ਨੇ ਨਾ ਇਹਨਾਂ ਵਿੱਚੋਂ ਬਹੁਤ ਗਿਣਤੀ ਆਮ ਬੰਦੇ ਤੋਂ ਵੀ ਗਈ ਗੁਜ਼ਰੀ ਹੈਗੀ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੇ ਭਰ ਗਏ ਨੇ ਸਾਰੇ ਕੁੱਕੜ ਹੋ ਗਏ ਨੇ ਐਸੀ ਗੱਲ ਜਿਹੜੀ ਹੈਗੀ ਜਿਹੜੇ ਕਹਿੰਦੇ ਸਾਰੇ ਆਸ਼ਾਵਾਦੀ ਆ ਹੈਗੇ ਨੇ ਕੁਛ ਪਰ ਮੇਰੇ ਸਾਹਮਣੇ ਇਸ ਤਰ੍ਹਾਂ ਦੇ ਦ੍ਰਿਸ਼ ਹੈਗੇ ਨੇ ਇੱਕ ਥਾਂ ਤੇ ਮੈਨੂੰ ਤੇ ਸੁਰਜੀਤ ਪਾਤਰ ਨੂੰ ਸਨਮਾਨਿਤ ਕਰਨਾ ਸੀ ਬਹੁਤ ਸਾਲ ਪਹਿਲਾਂ ਦੀ ਗੱਲ ਮਕੇਰੀਆਂ ਵਾਲੇ ਪਾਸੇ ਗਏ ਸਭ ਤੋਂ ਪਹਿਲਾਂ ਜੱਗ ਪਿੱਤਲ ਦੇ ਵਿੱਚ ਤੇ ਪਿੱਤਲ ਦੇ ਗਲਾਸਾਂ ਦੇ ਵਿੱਚ ਪ੍ਰਸ਼ਾਦ ਵਰਤਾਇਆ ਜਾ ਰਿਹਾ ਜਿਹੜਾ ਜਾਂਦਾ ਪਹਿਲਾਂ ਕਹਿੰਦੇ ਕਿ ਜਿਹੜੇ ਕਹਿੰਦੇ ਸੀ ਪਹਿਲਾਂ ਜਾ ਕੇ ਤੇ ਛੱਕੋ ਪਹਿਲਾਂ ਉਹ ਛੱਕ ਕੇ ਫਿਰ ਸਟੇਜ ਵੱਲ ਜਾਇਆ ਗਿਆ ਇੱਕ ਸਭਾ ਦੇ ਵਿੱਚ ਪ੍ਰਧਾਨ ਸਾਹਿਬ ਤੇ ਸਨਮਾਨ ਯੋਗ ਸ਼ਿਕਸ਼ਣੀ ਜੀ ਨੇ ਲੈਣਾ ਸੀ ਇਨਾਮ ਉਹ ਧੰਨਵਾਦ ਕਰਦਾ ਕਰਦਾ ਮੈਂ ਇਹ ਗੱਲ ਕਰ ਇਹਨਾਂ ਨੇ ਗੱਲ ਕੀਤੀ ਆ ਨਾਮਾ ਸਨਮਾਨਾਂ ਦੀ ਮੈਂ ਇੱਥੇ ਇਸੇ ਸਟੇਜ ਉੱਤੇ ਪਿਛਲੇ ਦਿਨਾਂ ਚ ਬੋਲ ਕੇ ਗਿਆ ਮੈਨੂੰ ਪੰਜਾਬ ਗੌਰਵ ਨਾਂ ਦਾ ਸਨਮਾਨ ਇੱਥੇ ਦਿੱਤਾ ਗਿਆ ਮੈਂ ਕਿਹਾ ਵੀ ਜੇ ਮੈਂ ਇਹ ਸਮਝਾਂ ਮੈਂ ਕਿਹਾ ਸਿਰਫ ਸਨਮਾਨ ਦਾ ਨਾਂ ਹੈ ਪੰਜਾਬ ਗੌਰਵ ਜੇ ਮੈਂ ਸਮਝਾਂ ਕਿ ਮੈਂ ਬੜਾ ਪੰਜਾਬ ਦਾ ਗੌਰਵ ਹੈਗਾ ਕਿ ਲੇਖ ਭੁਲੇਖਾ ਖਾ ਸਕਦੇ ਆ ਮੈਂ ਵੀ ਪੰਜਾਬ ਦਾ ਗੌਰਵ ਸ਼ਬਦ ਨਹੀਂ ਸੀਗਾ ਮੈਂ ਕਿਹਾ ਇਨਾਮ ਸਨਮਾਨ ਉਹਨੂੰ ਮਿਲਦੇ ਆ ਜਿਹਦੀ ਧਿਰ ਹੁੰਦੀ ਆ ਕੋਈ ਇਨਾਮ ਦੇਣ ਵਾਲਿਆਂ ਔਰ ਮੈਂ ਕਿਹਾ ਸੀ ਅੱਜ ਮੇਰੀ ਧਿਰ ਮੈਂ ਕਿਹਾ ਸਟੇਜ ਦੇ ਸਾਹਮਣੇ ਬੈਠੀ ਆ ਪਾਤਰ ਬੈਠਾ ਸੀ ਜਿਹੜਾ ਮੈਂ ਕਿਹਾ ਸਟੇਜ ਦੇ ਪਹਿਲਾਂ ਬੋਲ ਕੇ ਗਿਆ ਕਿ ਮੈਂ ਵਰਿਆਮ ਸੰਧੂ ਦੀ ਮੈਂ ਹੁਣ ਕਹਾਣੀ ਜਿਹੜੀ ਮੈਂ ਹੁਣ ਠੀਕ ਠਾਕ ਆ ਉਹਦੇ ਉੱਤੋਂ ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰ ਸਕਦਾ ਹੈ ਮੈਂ ਅੱਜ ਇਹਨੇ ਮੈਨੂੰ ਨਾਮ ਦੇ ਦਿੱਤਾ ਤੇ ਕਿਹੜੀ ਐਡੀ ਵੱਡੀ ਗੱਲ ਹੈ ਮੇਰੀ ਧਿਰ ਜੇ ਇੱਥੇ ਹੋਰ ਕੋਈ ਬੈਠਾ ਹੁੰਦਾ ਤੇ ਕਿਸੇ ਹੋਰ ਫੌਜਾ ਹੋ ਤੇਜਾ ਸਿੰਘ ਨੂੰ ਪੰਜਾਬ ਗੌਰਵ ਮਿਲ ਜਾਂਦਾ ਇਸ ਕਰਕੇ ਮੈਂ ਇਹ ਵੀ ਕਹਿੰਦਾ ਜਿਹਨਾਂ ਨੂੰ ਨਾਮ ਮਿਲਦੇ ਨੇ ਉਹ ਸਾਰੇ ਨਿਕੰਮੇ ਹੁੰਦੇ ਜਾਂ ਹੱਕਦਾਰ ਨਹੀਂ ਹੁੰਦੇ ਚੰਗਿਆਂ ਨੂੰ ਵੀ ਮਿਲਦੇ ਆ ਜਦੋਂ ਚੰਗੇ ਬੰਦੇ ਦੀ ਪਛਾਣ ਕਰਨ ਵਾਲੀ ਚੰਗੀ ਨਜ਼ਰ ਵਾਲਾ ਬੰਦਾ ਕਿਤੇ ਵਿੱਚ ਬੈਠਾ ਹੋਵੇ ਚੰਗੇ ਨੂੰ ਨਾਮ ਮਿਲ ਜਾਂਦਾ ਪਰ ਭਾਈ ਮੇਰੇ ਵੇਖਦਿਆਂ ਵੇਖਦਿਆਂ ਜਿਸ ਤਰੀਕੇ ਦੇ ਨਾਲ ਇਨਾਮਾਂ ਦਾ ਪੱਧਰ ਡਿੱਗਾ ਜਿਸ ਤਰੀਕੇ ਨਾਲ ਜਗਾੜਬੰਦੀਆਂ ਹੁੰਦੀਆਂ ਨੇ ਉਹ ਮੈਂ ਆਪਣੀਆਂ ਅੱਖਾਂ ਨਾਲ ਵੀ ਵੇਖਣਾ ਆ ਤੁਸੀਂ ਵੀ ਵੇਖਦੇ ਹੋ ਤੁਸੀਂ ਵੀ ਰੌਲਾ ਪਾਈ ਜਾਂਦੇ ਹੋ ਮੈਂ ਵੀ ਪਾਈ ਜਾਵਾਂ ਫਾਇਦਾ ਕੋਈ ਹੈ ਨਹੀਂ ਗਾ ਇਕਬਾਲ ਬੜਾ ਉਪਦੇਸ਼ਕ ਹੈ ਮਨ ਬਾਤੋਂ ਸੇ ਵੋ ਲੇਤਾ ਹੈ ਗੁਫਤਾਰ ਕਾ ਗਾਜ਼ੀ ਬਣ ਤੋ ਗਿਆ ਕਿਰਦਾਰ ਕਾ ਗਾਜ਼ੀ ਬਣ ਸਕਦਾ ਸਿਆਪਾ ਇਹ ਆ ਕਿ ਅਸੀਂ ਤਾਂ ਹੁਣ ਗੁਫਤਾਰ ਦੇ ਗਾਜ਼ੀ ਵੀ ਨਹੀਂ ਰਹੇ ਸਾਡਾ ਲਿਟਰੇਚਰ ਗੁਫਤਾਰ ਦਾ ਲਿਟਰੇਚਰ ਵੀ ਨਹੀਂ ਰਹਿ ਗਿਆ ਠੀਕ ਹੈ ਨਾਟਕ ਵਾਲੇ ਗੱਲ ਬਹੁਤ ਚੰਗੀ ਕਰਦੇ ਪਏ ਆ ਸਾਡੀ ਕਵਿਤਾ ਸਾਡੀ ਕਹਾਣੀ ਸਾਡੇ ਨਾਵਲ ਦੇ ਵਿੱਚ ਜਿਸ ਤਰ੍ਹਾਂ ਦੀ ਗੱਲ ਲੋਕ ਮਸਲਿਆਂ ਦੀ ਹੋਣੀ ਚਾਹੀਦੀ ਆ ਹੋ ਰਹੀ ਕੀ ਹੋ ਰਹੀ ਇਸ ਕਰਕੇ ਅਸੀਂ ਤੇ ਗੁਫਤਾਰ ਦੇ ਗਾਜ਼ੀ ਵੀ ਨਹੀਂ ਰਹਿ ਗਏ ਕਿਰਦਾਰ ਦੇ ਗਾਜ਼ੀ ਤੇ ਬਹੁਤ ਬਾਕੀ ਇਨਾਮਾਂ ਸਨਮਾਨਾਂ ਬਾਰੇ ਗੱਲ ਕੀਤੀ ਸੀ ਕਿ ਨਾਮ ਦਿੰਦੇ ਕਿਵੇਂ ਤੇ ਕਿਵੇਂ ਮੋੜੇ ਜਾਂਦੇ ਆ ਤੇ ਸਾਹਿਤ ਅਕੈਡਮੀ ਦਾ ਨਾਮ ਲੈ ਕੇ ਮੈਂ ਵੀ ਵਾਪਸ ਕੀਤਾ ਸੀਗਾ ਉਹਦੇ ਬਾਰੇ ਵੀ ਗੱਲਾਂ ਕਰਨ ਵਾਲੀਆਂ ਨੇ ਪਰ ਮੇਰੇ ਸਿਰ ਤੇ ਖੜੋਤਾ